ਪਿਛਲੇ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀਆਂ ਹੋਈਆਂ ਬੇਅਦਬੀਆਂ ਅਤੇ ਬਰਗਾੜੀ ਕਾਂਡ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਵੱਲੋਂ 7 ਅਕਤੂਬਰ ਨੂੰ 30 ਕਿਲੋਮੀਟਰ ਤੱਕ ਕੱਢੇ ਜਾ ਰਹੇ ਰੋਸ ਮਾਰਚ ਲਈ ਜਿੱਥੇ ਲਗਭਗ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਉੱਥੇ ਅੱਜ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਲੋਕਾਂ ਨੂੰ ਲਾਮਬੰਦ ਕੀਤਾ। ਉੱਥੇ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਨੇ ਪਾਰਟੀ ਦੇ ਮੁੱਖ ਦਫ਼ਤਰ ਕੋਟ ਮੰਗਲ ਸਿੰਘ ਵਿਖੇ ਇਲਾਕਾ ਨਿਵਾਸੀਆਂ ਅਤੇ ਪਾਰਟੀ ਵਰਕਰਾਂ ਦੇ ਨਾਲ ਨਾਲ ਆਗੂਆਂ ਨੂੰ ਲਾਮਬੰਦ ਕਰਦੇ ਹੋਏ ਕਿਹਾ ਕਿ ਹਰ ਘਰ ਵਿੱਚੋਂ ਜਿੰਨੇ ਵੀ ਵਿਅਕਤੀ ਇਸ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਲਈ ਜਾ ਸਕਦੇ ਹਨ, ਉਹ ਆਪਣੀਆਂ ਗੱਡੀਆਂ ਮੋਟਰਸਾਈਕਲਾਂ 'ਤੇ ਕਾਲੇ ਝੰਡੇ ਲਗਾਉਣ ਦੇ ਨਾਲ ਨਾਲ ਕਾਲੀਆਂ ਪੱਗਾਂ ਜਾਂ ਪੱਗਾਂ 'ਤੇ ਕਾਲਾ ਰਿਬਨ ਬੰਨਣ ਅਤੇ ਮਾਈਆਂ ਬੀਬੀਆਂ ਕਾਲੇ ਦੁਪੱਟੇ ਜਾਂ ਆਪਣੀ ਬਾਂਹ 'ਤੇ ਕਾਲੀਆਂ ਪੱਟੀਆਂ ਜ਼ਰੂਰ ਬੰਨ ਕੇ ਸ਼ਾਮਿਲ ਹੋਣ। ਅੱਜ ਦੀ ਮੀਟਿੰਗ ਗੁਰੂ ਸਾਹਿਬ ਦਾ ਪਾਵਨ ਬਚਨ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ। ਅੱਜ ਦੀ ਇਹ ਮੀਟਿੰਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਨਰਾਦਰੀ ਦੇ ਸੰਬੰਧ ਵਿੱਚ ਅਤੇ ਸਿੰਘਾਂ ਦੀ ਹੋਈ ਸ਼ਹਾਦਤ ਦੇ ਸੰਬੰਧ ਵਿੱਚ, ਜਿਹੜਾ 7 ਤਰੀਕ ਨੂੰ ਕੋਟ ਕਪੂਰੇ ਤੋਂ ਇੱਕ ਰੋਸ ਮਾਰਚ ਚੱਲ ਕੇ ਬਰਗਾੜੀ ਨੂੰ ਜਾਣਾ, ਉਸ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਅੱਜ ਦੀ ਇਹ ਮੀਟਿੰਗ ਰੱਖੀ ਗਈ ਸੀ। ਔਰ ਮੈਂ ਇਹ ਗੱਲ ਸਤਿਕਾਰ ਨਾਲ ਕਹਿੰਦਾ ਕਿ ਗੁਰੂ ਦੇ ਪਿਆਰੇ ਜਿਹੜੇ ਹੈ ਉਹ ਅੱਖਾਂ ਗਿੱਲੀਆਂ ਕਰਕੇ ਇੰਨਾ ਉਹਨਾਂ ਦੇ ਮਨਾਂ 'ਚ ਉਤਸ਼ਾਹ ਹੈ ਅਤੇ ਉਹ ਇਹ ਗੱਲ ਕਹਿੰਦੇ ਆ ਕਿ ਬੈਂਸ ਸਾਹਿਬ ਇਹ ਕੰਮ ਮਾਲਕ ਦਾ ਅਤੇ ਅਸੀਂ ਇਸ ਸਮਾਗਮ ਵਿੱਚ ਆ। ਮੈਨੂੰ ਹੁਣੇ ਕਹਿ ਕੇ ਗਿਆ ਮੇਰਾ ਵੀਰ, ਕਹਿੰਦਾ ਮੇਰੀਆਂ ਬੇਟੀਆਂ ਨੇ ਵੀ ਜਾਣਾ ਹੈ। ਦੇਖੋ ਇੰਨਾ ਉਤਸ਼ਾਹ ਹੈ ਕਿ ਜਿਹੜੇ ਅਨਮੈਰਿਡ ਨੌਜਵਾਨ ਬੱਚੇ ਹੈ, ਬੇਟੀਆਂ ਖਾਸ ਕਰਕੇ, ਉਹ ਵੀ ਮੈਸੇਜ ਕਰਕੇ ਉਹਨਾਂ ਦੇ ਮਾਂ ਬਾਪ ਆ ਕੇ ਸੁਨੇਹ ਦਿੰਦੇ ਆ ਕਿ ਬੈਂਸ ਸਾਹਿਬ ਸਾਡੀਆਂ ਬੇਟੀਆਂ ਨੇ ਵੀ ਜਾਣਾ ਹੈ। ਕਿਉਂਕਿ ਇਹ ਜਿਹੜੀ ਹਾਜ਼ਰੀ ਹੈ ਨਾ, ਆਮ ਰੋਸ ਮਾਰਚਾਂ ਦੀ ਹਾਜ਼ਰੀ ਸੰਸਾਰਕ ਤੌਰ 'ਤੇ ਲੱਗਦੀ ਹੈ, ਪਰ ਇਸ ਰੋਸ ਮਾਰਚ ਦੀ ਹਾਜ਼ਰੀ ਪਰਮੇਸ਼ਰ ਦੀ ਦਰਗਾਹ 'ਚ ਲੱਗਣੀ ਆ। ਇਸ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ, ਪਾਵਨ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਕੁਰਾਨ ਸ਼ਰੀਫ ਨੂੰ ਮੰਨਣ ਵਾਲੇ, ਬਹੁਤ ਸਤਿਕਾਰਯੋਗ ਬਾਈਬਲ ਦੀ ਬੇਅਦਬੀ ਹੋਈ ਬਾਈਬਲ 'ਚ ਜੇ ਭਰੋਸਾ ਰੱਖਣ ਵਾਲੇ, ਅਤੇ ਸਨਾਤਨ ਧਰਮ ਪਾਵਨ ਗੀਤਾ ਦੀ ਬੇਅਦਬੀ ਹੋਈ ਗੀਤਾ ਨੂੰ ਮੰਨਣ ਵਾਲੇ, ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਾਰੇ ਇਕੱਠੇ ਹੋ ਕੇ 7 ਤਰੀਕ ਦੇ ਰੋਸ ਮਾਰਚ ਵਿੱਚ ਅਸੀਂ ਵੱਡੀ ਗਿਣਤੀ 'ਚ ਸ਼ਾਮਿਲ ਹੋਵਾਂਗੇ। ਅਤੇ ਉਹ ਹੰਕਾਰ 'ਚ ਆ ਕੇ ਜਿਨ੍ਹਾਂ ਨੇ ਬਰਾਬਰਤਾ ਕਰਨ ਲਈ, ਇਹ ਅੱਜ ਦੀ ਗੱਲ ਨਹੀਂ, ਗੁਰੂ ਸਾਹਿਬ ਦੇ ਟਾਈਮ 'ਤੇ ਵੀ ਲੋਕ ਮੰਜੀਆਂ ਡਾਹ ਕੇ ਬਹਿ ਗਏ ਸੀ ਵੀ ਅਸੀਂ ਗੁਰੂ ਬਣ ਗਏ ਹਾਂ, ਪਰ ਗੁਰੂ ਹੀ ਗੁਰੂ ਹੁੰਦਾ, ਉਹ ਮੰਜੀਆਂ ਡਾਉਣ ਵਾਲੇ ਮੁੜ ਕੇ ਕਿਤੇ ਦਿਸੇ ਨਹੀਂ। ਅੱਜ ਵੀ 2 ਮੰਜੀਆਂ 2 ਕਾਨਫਰੰਸਾਂ, ਇੱਕ ਪਟਿਆਲੇ 'ਚ ਰੱਖੀ, ਇੱਕ ਲੰਬੀ 'ਚ ਰੱਖੀ ਹੈ, ਅੱਜ ਵੀ 2 ਕਾਨਫਰੰਸਾਂ ਰੱਖੀਆਂ। ਅਤੇ ਮੈਂ ਦਾਅਵੇ ਨਾਲ ਕਹਿੰਦਾ ਆਪਣੇ ਗੁਰੂ ਦੇ ਭਰੋਸੇ 'ਤੇ ਕਿ ਦੋਨਾਂ ਦੀ ਗਿਣਤੀ ਇਕੱਠੀ ਕਰਕੇ ਵੀ ਉਹ ਰੋਸ ਮਾਰਚ ਦਾ ਮੁਕਾਬਲਾ ਨਹੀਂ ਕਰ ਸਕਣਗੇ। ਉਹਨਾਂ ਦਾ ਅਹੰਕਾਰ, ਉਹਨਾਂ ਦੀ ਰੱਸੀ ਸੜ ਗਈ ਪਰ ਵੱਟ ਨਹੀਂ ਗਿਆ, ਅਤੇ 7 ਤਰੀਕ ਨੂੰ ਸੜੀ ਹੋਈ ਰੱਸੀ ਦਾ ਵੱਟ ਜਿਹੜੇ ਆ ਉਹ ਪਰਮੇਸ਼ਰ ਦੇ ਪਿਆਰੇ ਕੱਢ ਦੇਣਗੇ। ਬੈਂਸ ਸਾਹਿਬ, ਜਿਸ ਤਰ੍ਹਾਂ ਮੌਜੂਦਾ ਧਿਰ ਦੀ ਵੀ ਚਲੋ ਕਾਨਫਰੰਸ ਕੀਤੀ ਜਾ ਰਹੀ ਹੈ, ਅਕਾਲੀ ਦਲ ਵੱਲੋਂ ਵੀ ਕੀਤੀ ਜਾ ਰਹੀ ਆ, ਲੇਕਿਨ ਉਹਨਾਂ ਵੱਲੋਂ ਅਕਾਲੀ ਦਲ ਵੱਲੋਂ ਇਹ ਦੋਸ਼ ਲਾਏ ਜਾ ਰਹੇ ਆ ਕਿ ਦੋਨੋਂ ਪਾਰਟੀਆਂ ਲੋਕਾਂ ਨੂੰ ਧਰਮ ਦੇ ਨਾਂ 'ਤੇ ਇਮੋਸ਼ਨਲ ਕਰਕੇ ਆਪਣੇ ਵੱਲ ਨੂੰ, ਅਸਲ 'ਚ ਉਹਨਾਂ ਕੋਲ ਇਕੱਲੇ ਦੋਸ਼ ਹੀ ਆ, ਕਿਉਂਕਿ ਆਪਣੇ ਆਪ ਨੂੰ ਬਚਾਉਣ ਵਾਸਤੇ, ਡਿਫੈਂਡ ਕਰਨ ਵਾਸਤੇ ਦੋਨੇ ਚੋਰ ਅਤੇ ਕੁੱਤੀ, ਪੰਜਾਬੀ ਦੀ ਕਹਾਵਤ ਹੈ ਵੀ ਚੋਰ ਅਤੇ ਕੁੱਤੀ ਜਿਹੜੇ ਪਿੰਡ 'ਚ ਰਲ ਜਾਣ ਉਹ ਪਿੰਡ ਅੱਜ ਵੀ ਨਹੀਂ ਅਤੇ ਉਹ ਕੱਲ੍ਹ ਵੀ ਨਹੀਂ। ਇਹ ਰਲੇ ਹੋਏ ਆ। 8 ਘੰਟੇ 35 ਮਿੰਟ ਦੀ ਡਿਬੇਟ ਤੋਂ ਬਾਅਦ ਮੁੱਖ ਮੰਤਰੀ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਦੱਸ ਕੀ ਰਿਜ਼ਲਟ ਕੱਢਿਆ, ਕਿਹਦਾ ਨਾਂ FIR 'ਚ ਪਾਇਆ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਕੀ ਕਾਰਵਾਈ ਕੀਤੀ। ਕੋਈ ਕਾਰਵਾਈ ਨਹੀਂ ਕੀਤੀ ਗਈ। ਔਰ ਮੈਂ ਪੁੱਛਣਾ ਚਾਹੁੰਦਾ, ਪਹਿਲਾਂ ਤਾਂ ਪੁੱਛਦਾ 25 ਸਾਲ ਰਾਜ ਦੇ ਸੁਪਨੇ ਵਾਲਿਆਂ ਨੂੰ, ਅੱਜ ਉਹ ਵਿਰੋਧੀ ਧਿਰ 'ਚ ਵੀ ਨਹੀਂ ਹੈਗੇ, ਉਹਨਾਂ ਨੂੰ ਪੁੱਛਦਾ ਵੀ ਜਿਹੜੀ ਤੁਸੀਂ ਕਾਨਫਰੰਸ ਰੱਖੀ ਹੈ ਉਹਦਾ ਮਕਸਦ ਅਤੇ ਮਨੋਰਥ ਕੀ ਹੈ, ਜਿਹੜੀ ਪਟਿਆਲੇ 'ਚ ਰੈਲੀ ਰੱਖੀ ਹੈ ਉਹਦਾ ਮਕਸਦ ਕੀ ਹੈ। ਉਹਦਾ ਮਕਸਦ ਕੋਈ ਨਹੀਂ। ਦੂਸਰਾ ਸਵਾਲ ਕਰਦਾ ਕੈਪਟਨ ਅਮਰਿੰਦਰ ਸਿੰਘ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਕਦੇ ਸਰਕਾਰਾਂ ਵਾਲੇ ਵੀ ਰੈਲੀਆਂ ਕਰਦੇ ਹੁੰਦੇ ਹੈ, ਰੈਲੀਆਂ ਵਿਰੋਧੀ ਧਿਰ ਵਾਲੇ ਕਰਦੇ ਹੁੰਦੇ ਹੈ? ਸਿਰਫ ਅਤੇ ਸਿਰਫ ਗੁਰੂ ਸਾਹਿਬ ਦੇ ਰੋਸ ਮਾਰਚ ਨੂੰ
ਛੋਟਾ ਕਰਨ ਲਈ ਉਹਨਾਂ ਦੇ ਮਨ ਦੀ ਅਵਸਥਾ ਕਿ ਅਸੀਂ ਸ਼ਾਇਦ ਕਾਨਫਰੰਸਾਂ ਕਰਕੇ ਲੋਕਾਂ ਨੂੰ ਰੋਕ ਲਾਂਗੇ ਅਤੇ ਲੋਕ ਜਾਣਗੇ ਨਹੀਂ। ਪਰ ਮੈਂ ਸਮੂਹ ਸਿੱਖਾਂ ਨੂੰ ਬੇਨਤੀ ਕਰਦਾ ਕਿ ਕਾਂਗਰਸ 'ਚ ਗੁਰੂ ਦੇ ਪਿਆਰੇ ਨਹੀਂ ਹੈਗੇ, ਹੈਗੇ ਆ ਕਿ ਅਕਾਲੀ ਦਲ 'ਚ ਪ੍ਰਕਾਸ਼ ਸਿੰਘ ਬਾਦਲ ਦੇ ਗੁਲਾਮ ਨਹੀਂ ਹੈਗੇ, ਉੱਥੇ ਵੀ ਗੁਰੂ ਦੇ ਪਿਆਰੇ ਹੈਗੇ ਆ ਜਿਹੜੇ ਕਾਨਫਰੰਸਾਂ ਛੱਡ ਕੇ ਰੋਸ ਮਾਰਚ ਵਿੱਚ ਜਾਣਗੇ। ਮੈਂ ਉਹਨਾਂ ਨੂੰ ਸਿਰ ਚੁਕਾ ਕੇ ਸੱਦਾ ਦਿੰਦਾ ਕਿ ਆਓ ਗੁਰੂ ਦੀ ਜਿਹੜੀ ਨਰਾਦਰੀ ਹੋਈ ਹੈ, ਸਿੰਘਾਂ ਨੇ ਜਾਮੇ ਸ਼ਹਾਦਤ ਪੀਤਾ, ਆਓ ਉਹਨਾਂ ਦੋਸ਼ੀਆਂ 'ਤੇ ਕਾਰਵਾਈ ਕਰਾਉਣ ਲਈ ਰੋਸ ਮਾਰਚ ਵਿੱਚ ਸ਼ਾਮਿਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ, ਫੋਕਸ .ਪੰਜਾਬੀ, ਜੂਅਰ ਸਿਟੀ, ਜੂਅਰ ਨਿਊਜ਼।